ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇ ਕਿ ਨਰਸਾਂ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ। ਨਰਸਾਂ ਦੇ ਮੁਤਾਬਕ ਪਿਛਲੇ 10 ਸਾਲਾਂ ਤੋਂ ਸਰਕਾਰ ਰੈਗੂਲਰ ਕਰਨ ਦੇ ਲਈ ਉਹਨਾਂ ਨੂੰ ਕਹਿ ਰਹੀ ਹੈ, ਪਰ ਸਰਕਾਰ ਦੇ ਵੱਲੋਂ ਅਜੇ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਵੇਲੇ ਵੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ, ਪਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਹੁਣ ਮੌਜੂਦਾ ਸਰਕਾਰ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਹਿ ਰਹੀ ਸੀ, ਪਰ ਜਦ ਦੀ ਸੱਤਾ ਵਿੱਚ ਆਈ ਹੈ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਤਨਖਾਹ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਸ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਹੈ। ਸਾਨੂੰ 10 ਸਾਲ ਹੋ ਗਏ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ ਵਿੱਚ ਕੰਟਰੈਕਟ ਸਿਸਟਮ ਲਈ ਕੰਮ ਕਰ ਰਹੇ ਹਾਂ। ਅੱਜ ਤੱਕ ਸਾਨੂੰ ਸਰਕਾਰ ਨੇ ਸਿਰਫ ਲਾਰੇ ਲਗਾਏ ਹੈ ਕਿ ਤੁਹਾਨੂੰ ਜਲਦ ਰੈਗੂਲਰ ਕਰ ਦਿੱਤਾ ਜਾਵੇਗਾ, ਪਰ ਹਰ ਸਮੇਂ ਦੀ ਸਰਕਾਰ ਨੇ ਸਿਰਫ ਸਾਡੇ ਨਾਲ ਲਾਰਾ ਲਾਇਆ ਹੈ, ਧੋਖਾ ਕੀਤਾ ਹੈ। ਸਾਨੂੰ ਸਿਰਫ ਨਿਊਜ਼ ਵਿੱਚ ਹਾਈਲਾਈਟ ਕਰਕੇ ਕਿ ਹਾਂ ਜੀ ਤੁਹਾਡਾ ਨੋਟੀਫਿਕੇਸ਼ਨ ਹੋਇਆ, ਤੁਹਾਡਾ ਐਕਟ ਬਣਾ ਦਿੱਤਾ ਗਿਆ ਹੈ, ਕੋਈ ਸਰਕਾਰ ਆਈ ਕਿਸੇ ਨੇ ਐਕਟ ਬਣਾ ਦਿੱਤਾ, ਔਰ ਕੋਈ ਸਰਕਾਰ ਕੈਪਟਨ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਨੇ ਆਪਣੀ ਸਰਕਾਰ ਆਉਣ 'ਤੇ ਰੈਗੂਲਰ ਕਰੂੰਗਾ, ਪਰ ਅੱਜ 2 ਸਾਲ ਬੀਤ ਜਾਣ ਦੇ ਬਾਅਦ ਵੀ ਸਾਡੀ ਰੈਗੂਲਰਾਈਜੇਸ਼ਨ ਦਾ ਅਜੇ ਤੱਕ ਕੋਈ ਨਹੀਂ ਕੀਤਾ, ਸਰਕਾਰ ਨੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਹੁਣ ਵੀ 7 ਦਿਨ ਹੋ ਗਏ ਲਗਾਤਾਰ ਸਾਨੂੰ ਸਟਰਗਲ ਕਰਦਿਆਂ ਹੋਇਆ, ਸਾਡੇ 5 ਮੈਂਬਰ ਹੰਗਰ ਸਟ੍ਰਾਈਕ 'ਤੇ ਪਟਿਆਲੇ ਰਜਿੰਦਰਾ ਹੋਸਪਿਟਲ ਦੇ ਵਿੱਚ ਬੈਠੇ ਹੋਏ ਆ। ਸਾਡੇ ਮੇਨ ਪ੍ਰਧਾਨ ਕਰਮਜੀਤ ਕੌਰ ਔਲਖ ਅੱਜ ਵੀ ਆਪਣੇ ਲਾਈਫ ਦੇ ਨਾਲ ਜੂਝਦੇ ਹੋਏ 5-7 ਦਿਨਾਂ ਤੋਂ ਹੜਤਾਲ 'ਤੇ ਬੈਠੇ ਆ ਔਰ ਮਰਨ ਵਰਤ 'ਤੇ ਬੈਠੇ ਹੋਏ ਆ, ਪਰ ਸਰਕਾਰ ਦੇ ਖੰਡ 'ਤੇ ਅਜੇ ਤੱਕ ਕੋਈ ਜੂਝ ਨਹੀਂ ਸਕੀ। ਅਤੇ ਪੱਕੇ ਹੋਣ ਵਾਸਤੇ ਸਾਡਾ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਹੈ, 10 ਸਾਲ ਤੋਂ ਕੰਟਰੈਕਟ 'ਤੇ ਜੋਬ ਕਰ ਰਹੇ ਹਾਂ। ਅਸੀਂ ਰੈਗੂਲਰ ਸਾਨੂੰ ਕੋਈ ਰੁਕੋ ਡਿਮਾਂਡ ਹੈ ਕਿ ਸਾਨੂੰ ਬਿਨਾਂ ਸ਼ਰਤ ਸਰਕਾਰ ਰੈਗੂਲਰ ਕਰਦਾ, ਸਾਡਾ ਬਹੁਤ ਚਿਰ ਤੋਂ ਸਰਕਾਰ ਸ਼ੋਸ਼ਣ ਕਰ ਰਹੀ ਹੈ। ਠੇਕੇ ਦੇ ਆਧਾਰ 'ਤੇ? ਹਾਂਜੀ, ਠੇਕੇ ਦੇ ਆਧਾਰ 'ਤੇ ਕੰਮ। ਕਿੰਨੀ ਦੇਰ ਹੋ ਗਈ ਤੁਹਾਨੂੰ? ਸਾਨੂੰ 10 ਸਾਲ। ਠੇਕੇ ਦੇ ਆਧਾਰ 'ਤੇ ਤੁਹਾਨੂੰ ਕਿੰਨੀ ਸੈਲਰੀ ਮਿਲਦੀ ਇੱਥੇ ਟੀਚਰਾਂ? 7500 ਰੁਪਇਆ ਮਿਲਦਾ ਸੀ ਸਟਾਰਟਿੰਗ, ਸਾਨੂੰ ਬਾਅਦ ਵਿੱਚ ਬਾਦਲ ਸਰਕਾਰ ਨੇ 33% ਦਿੱਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ 33% ਦੇ ਕੇ ਤੁਹਾਨੂੰ ਉਪਰੰਤ ਰੈਗੂਲਰ ਕੀਤਾ ਜਾਏਗਾ। ਸਾਡੀ ਪ੍ਰਧਾਨ ਪਟਿਆਲਾ ਕੰਮ ਕਰ ਰਹੀ ਆ, ਸਾਡੀਆਂ ਕੁਛ ਭੈਣਾਂ ਪਟਿਆਲੇ ਨੇ, ਕੁਛ ਅੰਮ੍ਰਿਤਸਰ ਦੀ NGO ਹੋਸਪਿਟਲ ਨੇ, ਉਸ ਦਾ ਇਹ ਕਹਿਣਾ ਕਿ ਜੇ ਅੱਜ ਰੈਗੂਲਰ ਨਹੀਂ ਕੀਤਾ ਜਾਏਗਾ, ਸਾਨੂੰ ਨੋਟੀਫਿਕੇਸ਼ਨ ਨਹੀਂ ਦਿੱਤਾ ਜਾਏਗਾ, ਮੈਂ ਸ਼ਾਲ ਲਗਾ ਦੇਣੀ ਆ, ਉਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਅਮਨਦੀਪ ਸਿੰਘ ਮਾਹਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।